ਕੀ ਤੂੰ ਜਿੰਦਾਬਾਦ ਦੇ ਲਗਾਏ ਗਏ ਨਾਰੇ ਗੰਜਾ ਧਨੌਲਾ ਵਿਖੇ। ਜੀ ਹਾਂ, ਜਦੋਂ ਕੁਲਵੰਤ ਸਿੰਘ ਕੀਤੂ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਗੰਜਾ ਧਨੌਲਾ ਵਿਖੇ, ਉੱਥੇ ਲੋਕਾਂ ਦਾ ਕਾਫੀ ਹਜ਼ੂਮ ਇਕੱਠਾ ਹੋਇਆ। ਕੀਤੂ ਜੀ ਦੇ ਹੱਕ ਵਿੱਚ 200 ਬੰਦਿਆਂ ਦੀ NRI ਟੀਮ ਵੱਲੋਂ ਪੂਰਾ ਸਪੋਰਟ ਕੀਤਾ ਗਿਆ ਕੁਲਵੰਤ ਸਿੰਘ ਕੀਤੂ ਜੀ ਨੂੰ। NRI ਵੀਰਾਂ ਵੱਲੋਂ ਪੱਕੀ ਮੋਹਰ ਲਗਾ ਦਿੱਤੀ ਗਈ ਕੀਤੂ ਜੀ ਦੀ ਜਿੱਤ ਉੱਪਰ। ਸਾਡੇ ਮੀਡੀਆ ਨਾਲ ਗੱਲ ਕਰਦੇ ਹੋਏ ਕੀਤੂ ਜੀ ਵੱਲੋਂ ਕਿਹਾ ਗਿਆ, ਮੈਂ ਧੰਨਵਾਦੀ ਹਾਂ ਇਹਨਾਂ ਸਾਰੀ ਜਨਤਾ ਦਾ ਜਿਨ੍ਹਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਤੇ ਮੈਨੂੰ ਇੰਨਾ ਪਿਆਰ ਤੇ ਆਪਣਾਪਨ ਦਿੱਤਾ। ਮੈਂ ਇਹਨਾਂ ਦੀਆਂ ਉਮੀਦਾਂ ਤੇ ਆਸਾਂ ਨੂੰ ਟੁੱਟਣ ਨਹੀਂ ਦੇਵਾਂਗਾ ਤੇ ਬਰਨਾਲਾ ਹਲਕੇ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਝੋਲੀ ਵਿੱਚ ਪਾਵਾਂਗਾ। ਜਿਹੜਾ ਇਹ ਲੋਨ ਦਾ ਕੰਮ ਆ, ਇਹ ਕੋਸ਼ਿਸ਼ ਆ ਮੇਰੀ ਵੀ ਘੱਟ ਤੋਂ ਘੱਟ ਵਿਆਜ ਤੇ ਬੜੀ ਆਸਾਨੀ ਨਾਲ ਦਿੱਤਾ ਜਾਵੇ। ਦੋ ਪਹੀਆ ਵਾਹਨ ਟੂ ਵੀਲਰ ਕਰਦੇ ਹਾਂ ਜਾਂ ਫਿਰ ਅਸੀਂ ਜਿਹੜੇ ਛੋਟੇ ਦੁਕਾਨਦਾਰ ਆ ਜਿਵੇਂ ਉਹਨਾਂ ਨੇ ਕੋਈ ਮਾਲ ਪਾਉਣਾ ਅੱਗੇ, ਤਾਂ ਅਸੀਂ ਉਹਨਾਂ ਨੂੰ ਉਹ ਮਾਲ ਪਾਉਣ ਲਈ ਅਸੀਂ ਉਹਨਾਂ ਨੂੰ ਇੱਕ ਲੋਨ ਜਾਂ ਕਰਜ਼ਾ ਆਪਾਂ ਦਿੰਦੇ। ਤੁਹਾਡੀ ਕਚਹਿਰੀ ਦੇ ਵਿੱਚ ਆਉਣਾ ਹੁੰਦਾ ਉੱਥੇ ਆਪਣੇ ਕੀਤੇ ਹੋਏ ਕੰਮ ਵੀ ਦੱਸਣੇ ਆ ਤੇ ਕਰਨ ਆਉਣ ਵਾਲੇ ਕੰਮ ਵੀ ਦੱਸਣੇ ਆ ਡਿਵੈਲਪਮੈਂਟ ਦੇ। ਉਹਦੇ 'ਚੋਂ ਲੇਖਾ ਜੋਖਾ ਆਪਾਂ ਕਰਨਾ ਵੀ ਕਿਹੜਾ ਉਮੀਦਵਾਰ ਆਪਾਂ ਨੂੰ ਚੰਗਾ, ਕਿਹੜਾ ਉਮੀਦਵਾਰ ਆਪਣੇ ਦੁੱਖਾਂ ਸੁੱਖਾਂ ਦੇ ਵਿੱਚ ਆਉਂਦਾ ਸੀ, ਕਿਹੜਾ ਉਮੀਦਵਾਰ ਲੋੜ ਪੈਣ 'ਤੇ ਜਿਹਦੇ ਤੱਕ ਆਪਣੀ ਸੌਖੀ ਪਹੁੰਚ ਹੋ ਸਕਦੀ ਆ, ਕਿਹੜੇ ਉਮੀਦਵਾਰ 'ਤੇ ਆਪਣਾ ਜ਼ੋਰ ਆ ਵੀ ਬਾਂਹ ਫੜ ਕੇ ਕੰਮ ਕਰਵਾ ਸਕਦੇ ਹਾਂ। ਕਾਂਤਾ ਜੀ, ਅੱਜ ਤੁਸੀਂ ਪਿੰਡ ਗੰਜਾ ਧਨੌਲਾ ਦੇ ਵਿੱਚ ਇੱਕ ਨੁੱਕੜ ਮੀਟਿੰਗ ਲਈ ਆਏ ਸੀ ਜੋ ਇੱਕ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਹੈ, ਕੀ ਕਹਿਣਾ ਚਾਹੋਗੇ? ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਪਿੰਡਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਲਹਿਰ ਚੱਲੀ ਹੋਈ ਆ। ਅੱਜ ਸਵੇਰੇ 6 ਵਜੇ ਤੋਂ ਲੈ ਕੇ ਸੇਖਾ ਪਿੰਡ ਬੜੀ ਬੜੀ 11 ਮੈਂਬਰ ਰਵਾਇਤੀ ਪਾਰਟੀਆਂ ਤੋਂ ਵੀ ਕੈਂਡੀਡੇਟ ਜਾਂ ਲੋਕ ਛੱਡ ਕੇ ਅਕਾਲੀ ਦਲ ਨੂੰ ਜੁਆਇਨ ਕਰ ਰਹੇ ਨੇ, ਕੀ ਕਹਿਣਾ ਚਾਹੋਗੇ? ਦੇਖੋ, ਉਹਨਾਂ ਨੇ ਕਾਂਗਰਸ ਦਾ ਵੀ ਦੇਖੀ ਕਾਰਜਕਾਲ 5 ਸਾਲ, ਆਮ ਪਾਰਟੀ ਦਾ ਵੀ ਦੇਖਿਆ। ਉਹ ਮੀਤਿਆਰ ਨੂੰ ਤਾਂ ਹੁਣ ਪਿੰਡਾਂ ਦੇ ਵਿੱਚ ਇੱਥੇ ਦੱਸਿਆ ਦੇ ਟਿਊਬਾਂ ਵਾਲਾ MLA ਆ ਇਹ, ਅਦੇ ਕਦੇ ਪਿੰਡ 'ਚ 20 ਟਿਊਬਾਂ ਲਾ ਦੀਆਂ, ਕਿਸੇ 'ਚ 30 ਲਾ ਦੀਆਂ। ਇੱਕ ਕੰਮ ਵੀ ਆ ਦੇ ਸਾਡਾ ਪਿੰਡਾਂ ਵਾਲਿਆਂ ਦੇ, ਉਹਨੇ ਆ ਕੇ ਕੀਤਾ ਨਹੀਂ, ਅਦੇ ਉਹ ਤਾਂ ਟਿਊਬਾਂ ਵਾਲਾ MLA ਆ ਪਿੰਡਾਂ ਦੇ ਵਿੱਚ, ਜਿਹੜੀ ਲੋਕ ਸਾਨੂੰ ਦੱਸ ਰਹੇ। ਬਰਨਾਲਾ ਹਲਕੇ ਦੇ ਵੋਟਰ ਤੇ ਸਪੋਰਟਰਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ? ਮੈਂ ਸਾਰੇ ਵੋਟਰਾਂ ਨੂੰ ਮੈਂ ਅਪੀਲ ਵੀ ਕਰੂੰਗਾ ਵੀ ਸ਼੍ਰੋਮਣੀ ਅਕਾਲੀ ਦਲ ਤੇ BJP ਬਹੁਜਨ ਸਮਾਜ ਪਾਰਟੀ ਦੇ ਸਰਕਾਰ ਬਣ ਜਾ ਰਹੀ ਹੈ, ਇਕੱਲੇ ਇਕੱਲੇ ਵੀਰ ਤੋਂ ਮੈਂ ਅਪੀਲ ਕਰਦਾ ਕਿ ਵੋਟ ਜਿਹੜੀ ਸ਼੍ਰੋਮਣੀ ਅਕਾਲੀ ਦਲ। ਮੇਰਾ ਨਾਮ ਕਰਮਜੀਤ ਸਿੰਘ ਜੀਤੀ ਹੈ। ਤੁਸੀਂ NRI ਨੂੰ ਸਪੈਸ਼ਲ ਸਪੋਰਟ ਕਰ ਰਹੇ ਹੋ, ਕੰਤੇ ਦੀ ਕੀ ਕਾਰਨ ਹੈ? ਬਾਈ ਜੀ, ਕੰਤੇ ਦੀ ਸਪੋਰਟ ਤਾਂ ਇਸ ਲਈ ਕਰਨ ਆਇਆ, ਦੇਖੋ ਅੱਜ ਤੱਕ ਕੋਈ ਵੀ ਲੀਡਰ ਆ ਜਿਹੜਾ ਜਿੱਤ ਕੇ ਉਹ ਚੰਡੀਗੜ੍ਹ ਦਿੱਲੀ ਕੋਈ ਮਿਲਦਾ ਕੁਲਵੰਤ ਨੂੰ ਜਾ ਕੇ? ਜਿਹੜਾ ਮਰਜ਼ੀ ਕੋਈ ਗਰੀਬ ਅਮੀਰ ਜਿਹੜਾ ਮਰਜ਼ੀ ਫੋਨ ਕਰ ਲੈ, 5 ਮਿੰਟ 'ਚ ਕੀਤੂ ਪਰਿਵਾਰ ਹਾਜ਼ਰ ਆ ਜੀ। ਜਦੋਂ ਮਰਜ਼ੀ ਜਾ ਚੱਲ ਜਾਓ, ਜਿਹੜਾ ਮਰਜ਼ੀ ਕੰਮ ਕਰ ਲਓ, 1 ਮਿੰਟ 'ਚ ਹੁੰਦਾ, ਠੀਕ ਹੈ ਜੀ? ਫਿਰ ਉਹਨਾਂ ਨੇ ਇੰਨੇ ਹਰ ਇੱਕ ਅਮੀਰ ਨਾਲ ਖੜਨ ਚਾਹੇ ਨਾ ਖੜਨ, ਠੀਕ ਆ, ਅਮੀਰ ਦਾ ਹਜੇ ਪ੍ਰੋਗਰਾਮ ਕਈ ਵਾਰ ਹੁੰਦਾ ਵੀ ਉਹਨਾਂ ਮਿਸ ਕਰ ਦੇਣ, ਪਰ ਗਰੀਬ ਨੇ ਜੇ ਜਾ ਕੇ ਕਹਿਤਾ ਵੀ ਸਾਨੂੰ ਲੋੜ ਆ ਆਹ ਚੀਜ਼ ਦੀ, ਉੱਥੇ ਕੀਤੂ ਪਰਿਵਾਰ ਹਰ ਹਾਲਤ 'ਚ ਪਹੁੰਚਦਾ, ਹਰ ਹਾਲਤ 'ਚ ਸੰਭਲਦਾ। ਇਸੇ ਲਈ ਬਾਈ ਜੀ ਅਸੀਂ ਤਾਂ ਪ੍ਰਚਾਰ ਕਰਦੇ ਹਾਂ ਡਟ ਕੇ ਕੁਲਵੰਤ ਦਾ, NRI ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਚੰਨੀ ਕਹਿੰਦਾ ਮੈਂ ਵੀ ਗਰੀਬ ਆ, ਮੈਂ ਵੀ ਖੜਦਾ। ਚੰਨੀ ਗਰੀਬ ਆ, ਉਹਦਾ ਭਾਣਜੇ ਨੂੰ ਦੇਖ ਲਓ, ਭਤੀਜੇ ਨੂੰ ਦੇਖ ਲਓ, ਤੁਹਾਨੂੰ ਪਤਾ ਹੀ ਆ ਕਿੰਨੇ ਕਰੋੜ ਫਰੇ ਗਏ, ਹਜੇ ਤਾਂ CBI ਜਾਂਚ ਹੋ ਰਹੀ ਆ, ਹਨਾ, ਕਾਹਦਾ ਗਰੀਬ ਆ? ਗੱਡੀਆਂ ਦੇਖ ਲਓ, ਵਿਆਹ 'ਚ ਸ਼ਰਾਬਾਂ ਕਿਹੜੀਆਂ ਚੱਲੀਆਂ ਉਹ ਦੇਖ ਲਓ, ਕਿੰਨਾ ਗਰੀਬ ਆ, ਤੁਹਾਨੂੰ ਪਤਾ ਹੀ। ਕਿੰਨੇ ਕੁ NRI ਦੀ ਟੀਮ ਜਿਹੜੀ ਕੰਤੇ ਸਪੋਰਟ ਲਈ? ਕੰਤੇ ਦੀ ਸਪੋਰਟ 'ਚ ਵੀ ਅਸੀਂ ਘੱਟੋ ਘੱਟ ਬੰਦਲ ਕੇ 100 ਜਾਣਾ ਤਾਂ ਕੈਨੇਡਾ ਤੋਂ, 50 ਜਾਣੇ ਨਿਊਜ਼ੀਲੈਂਡ ਤੋਂ, ਮਨੀਲਾ, ਅਮਰੀਕਾ, ਤੁਸੀਂ ਦੇਖੋਗੇ। ਸਪੈਸ਼ਲ ਬਰਨਾਲੀ ਆਏ ਹੋ? ਸਪੈਸ਼ਲ ਬਰਨਾਲੀ ਕੁਲਵੰਤ ਦੀ ਸਪੋਰਟ ਕਰਨ ਜ਼ਿਆਦੇ ਤਾਂ ਜੀ। ਜੇ ਜਿੱਤ ਕੇ ਕੁਲਵੰਤ ਸਿੰਘ ਕੰਤਾ ਜਿੱਤ ਕੇ, ਤੁਹਾਨੂੰ ਕੀ ਉਮੀਦਾਂ ਨੇ ਆਪਣੇ ਹਲਕੇ ਦੇ ਲਈ? ਸਾਨੂੰ ਇਹ ਉਮੀਦਾਂ ਨੇ ਜੀ, ਸੁਖਬੀਰ ਸਿੰਘ ਬਾਦਲ ਦੇ ਬਹੁਤ ਨਜ਼ਦੀਕ ਹੋ ਚੁੱਕੇ ਆ। ਸੁਖਬੀਰ ਸਿੰਘ ਬਾਦਲ ਵੀ ਐਲਾਨ ਕਰ ਚੁੱਕੇ ਆਲਰੇਡੀ ਵੀ ਅਸੀਂ ਜੇ ਕੁਲਵੰਤ ਕੀਤੂ ਜਿੱਤਦਾ ਤਾਂ ਮਿਨਿਸਟਰ ਪੱਕਾ, ਠੀਕ ਹੈ ਜੀ, ਚਾਹੇ ਕੋਈ ਮਰਜ਼ੀ ਮਿਨਿਸਟਰੀ ਅਸੀਂ ਦਈਏ। ਜਦੋਂ ਮਿਨਿਸਟਰੀ ਮਿਲ ਗਈ ਸਾਨੂੰ ਇਹ ਆ ਸਾਡੇ ਹਲਕੇ ਦਾ ਵਿਕਾਸ ਹੋਊਗਾ ਜੀ, ਇੱਥੇ ਕੋਈ ਹਸਪੀਟਲ ਨਹੀਂ ਹੈਗਾ, ਕੁਛ ਨਹੀਂ ਹੈਗਾ। ਸਾਡਾ ਮੁੱਖ ਮੇਨ ਏਜੰਡਾ ਇਹ ਆ ਵੀ ਕੁਲਵੰਤ ਕਹਿੰਦਾ ਮੈਂ ਜਿਹੜੇ ਦਿਨ ਜਿੱਤ ਗਿਆ ਉਸ ਤੋਂ 1-2 ਮਹੀਨੇ ਦੇ ਵਿੱਚ ਹਸਪੀਟਲ ਇੱਥੇ ਵਧੀਆ, ਜਿਹੜਾ ਮਤਲਬ ਕਿ ਲੁਧਿਆਣੇ DPG ਆ, ਜਿਵੇਂ DMC ਆ, PGI ਚੰਡੀਗੜ੍ਹ, ਇਹੋ ਜਿਹਾ ਅਸੀਂ ਮਨਜ਼ੂਰ ਕਰਾਵਾਂਗੇ ਜੀ। NRI ਕੋਲ ਇੱਕ ਪੱਕੀ ਰਿਪੋਰਟ ਹੁੰਦੀ ਹੈ ਸਰਕਾਰ ਐਨੀਵੇ ਪੰਜਾਬ 'ਚ ਕਿਸੇ ਮਰਜ਼ੀ ਦੀ ਹੋਵੇ, ਕਾਂਗਰਸ ਸਰਕਾਰ ਆ, ਤੁਹਾਡੇ ਕੋਲ ਪੱਕੀ ਰਿਪੋਰਟ ਹੋਏਗੀ ਜੀ, ਕਾਂਗਰਸ ਦੇ ਕਿਹੜੇ ਕਿਹੜੇ ਕੰਮ 5 ਸਾਲ ਦੇ ਰਾਜ ਦੇ ਵਿੱਚ ਤੁਸੀਂ ਉਹਨਾਂ ਦਾ ਕਿਹੋ ਜਿਹਾ ਰਾਜ ਦੇਖਦੇ? ਉਹਨਾਂ ਦਾ ਕੀ ਰਾਜ ਦੇਖਣਾ ਜੀ, ਤੁਹਾਨੂੰ ਪਤਾ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਮੁੱਕਰ ਗਏ, ਹਨਾ ਜੀ। ਹੁਣ ਚੰਨੀ ਨੇ ਕੀ ਕਰਿਆ? ਕੁਛ ਕਰਿਆ? ਕੋਈ ਮਸਲਾ ਇੱਕ ਵੀ ਹੱਲ ਕਰਕੇ ਦੱਸ ਦਿਓ ਵੀ ਆਹ ਚੰਨੀ ਨੇ ਮਸਲਾ ਹੱਲ ਕਰ। ਉਹਦਾ ਨਾਂ ਤਾਂ ਐਲਾਨਜੀਤ ਰੱਖਿਆ ਹੋਇਆ, ਐਲਾਨ ਕਰਾ ਲਓ, ਮੈਂ ਆ ਵੀ ਕਰ ਲੈਣਾ, ਆ ਵੀ ਕਰ ਲੈਣਾ, ਅੱਜ ਤੱਕ ਕੋਈ ਉਹਨੇ ਕੰਮ ਤਾਂ ਕਰਿਆ ਨਹੀਂ। ਤੁਸੀਂ ਹਸਪੀਟਲ ਦੀ ਗੱਲ ਕਰ ਰਹੇ ਹੋ, ਕਿਲੋਮੀਟਰ ਤੇ ਸਪੈਸ਼ਲ ਇੱਕ ਹਸਪੀਟਲ ਨਹੀਂ ਪੱਥਰ ਰੱਖ ਕੇ ਗਏ ਬਾਈ ਜੀ? ਜਾ ਕੇ ਦੇਖ ਲਓ, ਨਾਂ ਦਾ ਨਹੀਂ ਪੱਥਰ ਆ,
ਠੀਕ ਹੈ ਜੀ, ਨਾਂ ਦਾ ਰਹਿ ਗਿਆ, ਕੱਲਾ ਪੱਥਰ ਵੀ ਨਹੀਂ ਹੋਣਾ ਉੱਥੇ, ਨਹੀਂ ਪੱਥਰ ਤਾਂ ਕੀ ਆ ਹੁਣ, ਪੱਥਰ ਵੀ ਮੈਨੂੰ ਲੱਗਦਾ ਲੈ ਗਿਆ ਹੋਊਗਾ, ਠੀਕ ਹੈ ਜੀ। ਹਾਂਜੀ, ਕਿਹੜੀ ਸਰਕਾਰ ਆਉਣ ਸਮੇਂ ਦੇ ਵਿੱਚ ਤੁਸੀਂ ਕਿੰਨੀਆਂ ਸੀਟਾਂ ਤੈ ਤੁਸੀਂ ਮੰਨਦੇ ਹੋ ਕਿ ਅਕਾਲੀ ਦਲ ਨੂੰ ਕਿੰਨੀਆਂ ਸੀਟਾਂ ਆ ਸਕਦੀਆਂ? ਅਸੀਂ ਤਾਂ 75 ਜੀ, 70 ਤੋਂ ਉੱਪਰ ਉੱਪਰ ਸੀਟਾਂ ਆਉਣਗੀਆਂ ਅੱਜ। ਨਰੋਲ ਨਰੋਲ ਸਰਕਾਰ, ਨਰੋਲ ਸਰਕਾਰ ਬਜੇ ਸਮਾਜ ਪਾਰਟੀ ਤੇ ਅਕਾਲੀ ਦਲ ਦੀ ਨਰੋਲ ਸਰਕਾਰ। ਮੀਤਹਿਰ ਵੀ ਦਾਅਵੇ ਕਰ ਰਿਹਾ, ਮੀਤਹਿਰ ਜੀ, ਮੀਤਹਿਰ ਨੂੰ ਇੱਕ ਸਵਾਲ ਪੁੱਛ ਲਓ ਜਾ ਕੇ ਵੀ ਉਹਨੇ ਇੱਕ ਕੰਮ ਗਿਣਾ ਦੇ ਵੀ ਮੈਂ ਬਰਨਾਲੇ ਹਲਕੇ ਦਾ ਆਹ ਕੰਮ ਕੀਤਾ, ਜੇ ਇੱਕ ਕੰਮ ਕਹਿ ਦੂਗਾ ਉਹ, ਅਸੀਂ ਕੁਲਵੰਤ ਨੂੰ ਕਹਾਂਗੇ ਵੀ ਤੂੰ ਘਰੇ ਬੈਠ। ਉਹ ਤਾਂ ਕਹਿੰਦਾ ਵਿਕਾਸ ਆਧਾਰ ਤੇ ਮੈਂ ਇਲੈਕਸ਼ਨ ਲੜ ਰਿਹਾ। ਵਿਕਾਸ ਦੱਸ ਦਿਓ, ਆਹ ਸਾਡੇ ਪਿੰਡ ਦੇ ਸਾਰੇ ਬੰਦੇ ਖੜੇ ਆ ਜੀ, ਇੱਕ ਦਿਨ ਉਹ ਮੀਤਹਿਰ ਇੱਥੇ 5 ਸਾਲਾਂ 'ਚ ਇੱਕ ਅੱਧੇ ਦਿਨ 'ਚ ਕੀ ਕਹਿੰਦਾ ਆ ਗਿਆ ਹੋਵੇ, ਆਹ ਪੁੱਛ ਲਓ ਜਿੰਨੇ ਮਰਜ਼ੀ, ਇੱਕ ਵੀ ਦਿਨ ਕਿਸੇ ਦੇ ਆਇਆ ਹੋਵੇ ਸੁੱਖ 'ਚ ਜਾਊਂ ਕੋਈ ਪ੍ਰੋਗਰਾਮ 'ਚ, ਉਹ ਤਾਂ ਚੰਡੀਗੜ੍ਹ ਜਾ ਕੇ ਬੈਠ ਜਾਂਦਾ, ਉਹ ਮਿਊਜ਼ਿਕ ਕੰਪਨੀ ਦੀ ਖੋਲੀ ਬੈਠਾ ਜੀ, ਉਹਦੇ ਨਾਲ ਰਲ ਕੇ ਕੀ ਆ ਉਹਦਾ ਨਾਮ, ਚੰਡੀਗੜ੍ਹ ਕਰੋੜਾਂ ਰੁਪਇਆ ਕਮਾ ਰਿਹਾ ਬਸ, 38 ਲੱਖ ਦੀ ਫਾਰਚੂਨਰ ਲਿਆਦੀ ਨਵੀਂ, ਉਹ ਕਾਹਦਾ, ਦੱਸੋ ਆਮ ਆਦਮੀ ਪਾਰਟੀ ਫੰਡ ਤਾਂ ਤੁਸੀਂ ਭੇਜਿਆ ਬਾਹਰ, ਫੰਡ ਅਸੀਂ ਭੇਜਿਆ ਹੀ, ਗਲਤੀ ਹੋ ਗਈ ਸਾਡੇ, ਆਹ ਯਾਰ ਦੋਸਤ 100 ਮੇਰਾ ਯਾਰ ਦੋਸਤ ਸੀ, ਉਹਨਾਂ ਨੇ $3 ਲੱਖ ਇਕੱਠਾ ਕਰਿਆ ਸੀ ਭੇਜਣ ਲਈ, ਏਅਰਪੋਰਟ ਤੇ ਕੰਮ ਕਰਦੇ ਸੀ ਅਸੀਂ ਉੱਥੇ, $3 ਲੱਖ ਭੇਜਿਆ ਉਹਨਾਂ ਨੇ। 3 ਲੱਖ ਦੀ ਅਮਾਉਂਟ ਕਿੰਨੀ ਬਣਦੀ ਹੈ ਪੰਜਾਬ ਦੇ? ਕਿੰਨੀ ਦੇਖ ਲਓ ਤੁਸੀਂ ਜੀ, 1 ਕਰੋੜ 20-30 ਲੱਖ ਦੇ ਨੇੜੇ ਤੇ, 1.5 ਕਰੋੜ ਰੁਪਏ ਹਾਂਜੀ ਆਲਮੋਸਟ। ਮੀਤ ਕਹਿੰਦਾ ਮੈਨੂੰ ਤਾਂ ਕੋਈ ਫੰਡ ਹੀ ਨਹੀਂ ਆਉਂਦਾ, ਮੀਤ ਉਹਦੇ ਕਹਿਣ ਨਾਲ ਕੀ ਹੈ ਜੀ, ਮੀਤ ਗੱਡੀਆਂ ਕਿੱਥੋਂ ਆ ਗਈਆਂ ਫਾਰਚੂਨਰ ਜੀ, ਹੁਣ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਤਾਂ ਮੈਸੇਜ ਇਹ ਦੇਣਾ ਚਾਹੁੰਦੇ ਜੀ, ਕੁਲਵੰਤ ਕੀਤੂ ਨਾਲ ਦਾ ਬੰਦਾ ਸਾਡੇ ਬਰਨਾਲੇ ਵਿੱਚ ਨਾ ਤਾਂ ਹਲਕੇ ਵਿੱਚ ਮਿਲਣਾ ਤੇ ਨਾ ਹੀ ਇਹਨਾਂ ਨਾਲ ਦਾ ਕੀਤੂ ਪਰਿਵਾਰ ਨਾਲ ਦਾ ਬੰਦਾ ਕੋਈ ਹੋ ਸਕਦਾ, ਜਿਹੜਾ ਮਰਜ਼ੀ ਵਰਤ ਕੇ ਦੇਖ ਲਓ, ਜਿਵੇਂ ਮਰਜ਼ੀ ਕੋਈ ਮਰਜ਼ੀ ਕੰਮ ਕਰਾ ਲਓ, ਠੀਕ ਹੈ ਜੀ। ਹਾਂਜੀ, ਕੀ ਨਾਮ ਹੈ ਜੀ? ਅਸੀਂ ਜੀ ਕਾਂਗਰਸ ਕਰਨੀ ਸੀਗੇ ਜੀ। ਹੁਣ ਤੁਸੀਂ ਅਕਾਲੀ ਦਲ ਪਾਰਟੀ ਜੁਆਇਨ ਕਰ ਰਹੇ ਹੋ? ਹਾਂਜੀ। ਕਾਰਨ ਕੀ ਆ? ਕਾਂਗਰਸ ਪਾਰਟੀ ਦਾ ਕਹਿੰਦੇ ਵੀ ਮਹਾਰਾਜਾਂ ਦੀ ਪਾਰਟੀ ਆ, ਉੱਥੇ ਪਾਰਟੀ ਜਾਣ ਨੂੰ ਲੋਕ ਤਰਸ, ਤੁਸੀਂ ਪਾਰਟੀ ਛੱਡ ਰਹੇ ਹੋ? ਛੱਡ ਰਿਹਾ ਜੀ, ਉਹਨਾਂ ਤੋਂ ਦੁਖੀ ਹੋ ਕੇ ਛੱਡ ਰਹੇ ਹਾਂ, ਬਹੁਤ ਅਮੀਰ ਬੰਦੇ ਨੇ, ਸਰਦਾਰ ਕੇਵਲ ਸਿੰਘ ਢਿੱਲੋਂ ਜੀ ਚੰਡੀਗੜ੍ਹ ਰਹਿੰਦੇ ਸੀ, ਇਲੈਕਸ਼ਨ ਦੇ ਟਾਈਮ ਇੱਥੇ ਆਉਂਦੇ ਸੀ 2-3 ਮਹੀਨੇ, ਉਸ ਤੋਂ ਬਾਅਦ ਚੰਡੀਗੜ੍ਹ ਜਾ ਕੇ ਬਹਿ ਜਾਂਦੇ ਸੀ, ਜਿਹੜੇ ਇੱਥੇ ਨੰਬਰ ਦਿੰਦੇ ਸੀ ਲੋਕਾਂ ਨੂੰ, ਉਹ ਸਿਮ ਜਾਂਦੇ ਜਾਂਦੇ ਹਰੀਗੜ੍ਹ ਆ ਜੀ ਆਪਣੇ ਲਾਗੇ ਨਹਿਰ, ਉਹਦੇ 'ਚ ਤੋੜ ਕੇ ਸੁੱਟ ਜਾਂਦੇ ਸੀਗੇ। ਉਸ ਤੋਂ ਬਾਅਦ ਜੇ ਕਿਸੇ ਕੋਲ ਉਹਨਾਂ ਦਾ ਨੰਬਰ ਪਰਸਨਲ ਹੁੰਦਾ ਵੀ ਸੀਗਾ ਤਾਂ ਫੋਨ ਕਰਦੇ ਸੀਗੇ, ਉਹ ਕੋਈ ਚੁੱਕਦਾ ਨਹੀਂ ਸੀਗਾ। ਉਸ ਤੋਂ ਬਾਅਦ ਸਾਨੂੰ ਕੰਮ ਪਏ 1-2 ਵਾਰ, ਅਸੀਂ ਕਮ ਸੇ ਕਮ 5 ਵਾਰ ਚੰਡੀਗੜ੍ਹ ਗਏ ਹਾਂ ਉਹਨਾਂ ਕੋਲ ਆਪਣੀਆਂ ਗੱਡੀਆਂ ਲੈ ਕੇ, ਨਾਲ ਬੰਦੇ ਗਏ, ਮੈਂਬਰ ਸਾਹਿਬ ਵੀ ਗਏ ਨੇ ਨਾਲ, ਤੇ ਸਾਡੇ ਕੰਮ ਨਹੀਂ ਹੋਏ ਤੇ ਇਹ ਬੰਦੇ ਲੋਕਲ ਰਹਿੰਦੇ ਆ, ਤੇ ਇਸ ਕਰਕੇ ਸਾਨੂੰ ਉਹਨਾਂ ਤੋਂ ਦੁਖੀ ਹੋ ਕੇ ਉਹ ਨਾ ਹੋਏ। ਤੁਸੀਂ ਨਾ ਚੰਡੀਗੜ੍ਹ ਭਜਾ ਦਿਓ ਕਿਤੇ ਵੀ ਜਾਂਦੇ, ਵੀ ਨਹਿਰ ਚੰਡੀਗੜ੍ਹ 3 ਨਹਿਰਾਂ ਆਉਂਦੀਆਂ ਨੇ, ਕਿਤੇ ਵੀ ਸਿਮ ਸਿੱਟ ਦੇਣਾ। ਨਹੀਂ ਜੀ ਨਹੀਂ, ਇਹਨਾਂ ਦੇ ਇਹ ਦੇਖੋ ਬਰਨਾਲੇ ਹੀ ਰਹਿੰਦੇ ਆ, ਪਿੰਡ ਇਹਨਾਂ ਦਾ ਬਲਾਸਪੁਰ ਆ, ਢਿੱਲੋਂ ਵੀ ਕਹਿੰਦਾ ਬਰਨਾਲੇ ਰਹਿੰਦਾ ਮੈਂ, ਢਿੱਲੋਂ ਦੀ ਕੋਠੀ ਬਰਨਾਲੇ ਸੀ। ਕਹਿਣ ਨੂੰ ਤਾਂ ਦੇਖੋ ਸਭ ਕੁਝ ਹੀ ਕਹਿੰਦੇ ਹੁੰਦੇ ਆ ਜੀ, ਪਰ ਗੱਲ ਉਹ ਸਾਰੇ ਲੋਕਾਂ ਨੂੰ ਪਤਾ ਹੀ ਆ ਜੀ, ਇਹ ਤਾਂ ਹੁਣ ਦੱਸਣ ਵਾਲੀਆਂ ਗੱਲਾਂ ਹੀ ਨਹੀਂ ਰਹਿ ਗਈਆਂ, ਇਹਦਾ ਸ਼ੀਸ਼ਾ ਆ ਗਿਆ ਸਾਹਮਣੇ। ਸ਼ੀਸ਼ਾ ਕੀ ਆ ਗਿਆ? ਸ਼ੀਸ਼ਾ ਲੋਕਾਂ ਦੇ ਸਾਹਮਣੇ ਹੀ, ਅੱਗੇ ਕਿੰਨੇ ਵਾਰੀ ਸਾਡੇ ਨਾਲ ਹੋ ਚੁੱਕਿਆ ਲੋਕਾਂ ਨਾਲ। ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜੁਆਇਨ ਕਰ ਰਹੇ ਹੋ, ਕੀ ਵਜ੍ਹਾ ਜੁਆਇਨਿੰਗ ਕਰਨ ਦੀ? ਵਜ੍ਹਾ ਇਹ ਆ ਜੀ, ਦੇਖੋ ਸਰਦਾਰ ਮਲਕੀਤ ਸਿੰਘ ਕੀਤੂ ਪਹਿਲੋਂ ਕਿੰਨੇ ਸਮੇਂ ਤੋਂ ਸਾਡੇ ਨਾਲ ਵਿਚਰ ਰਿਹਾ, ਲੋਕਾਂ ਨਾਲ, ਗਰੀਬ ਜਨਤਾ ਨਾਲ ਖੜ ਰਹੇ ਆ, ਕੋਈ ਵੀ ਮੈਸੇਜ ਲੈ ਕੇ ਚਲਾ ਜਾਵੇ ਤਾਂ ਵਿਆਹ ਸ਼ਾਦੀਆਂ ਭੋਗ ਜੋ ਵੀ ਆ, ਮਤਲਬ ਦੁੱਖ ਸੁੱਖ ਦੇ ਵਿੱਚ ਉਹ ਆਉਂਦੇ ਆ, ਕਿਸੇ ਬੱਚਿਆਂ ਨੂੰ ਕੋਈ ਪ੍ਰੋਗਰਾਮ ਆ, ਕੋਈ ਕਿੱਟਾਂ ਦੀ ਜ਼ਰੂਰਤ ਆ, ਕੋਈ ਜਿੱਦਾਂ ਵੀ ਮਤਲਬ ਉਹ ਸਭ ਹੱਲ ਕਰ ਰਹੇ ਨੇ। ਉਹਨਾਂ ਨੂੰ ਦੇਖਦੇ ਹੋਏ ਸਾਨੂੰ ਸਰਦਾਰ ਕੁਲਵੰਤ ਸਿੰਘ ਕੀਤੂ ਵੀ ਉਹਨਾਂ ਦੀਆਂ ਗੱਲਾਂ ਤੇ ਪਹਿਰਾ ਦੇ ਰਹੇ ਆ, ਉਸ ਕਰਕੇ ਸਾਨੂੰ ਚੰਗਾ ਲੱਗ ਰਿਹਾ ਕੁਲਵੰਤ ਸਿੰਘ। ਤੁਸੀਂ ਸਪੋਰਟ ਫੁੱਲ ਕਰੋਗੇ? ਹਾਂਜੀ, ਤਣੋ ਮਨੋ ਤਣੋ ਕਰਾਂਗੇ ਜੀ। ਕਿਆ ਵਾ, ਧੰਨਵਾਦ। ਕੀ ਨਾਮ ਹੈ ਸਰ? ਹਰਵੰਤ ਸਿੰਘ ਜੀ। ਹਰਵੰਤ ਸਿੰਘ, ਭਾਜਪਾ ਛੱਡ ਰਹੇ ਹੋ, ਅਕਾਲੀ ਦਲ ਜੁਆਇਨ ਕਰ ਰਹੇ ਹੋ, ਉਮਰਾਂ ਲੰਘੀਆਂ, ਕੀ ਕਾਰਨ ਹੈ? ਕਾਰਨ ਇਹੀ ਹੈ ਜੀ, ਉਸ ਗਿਲੇ ਸਿਕਵੇ ਹੁੰਦੇ ਨੇ, ਕਿਸੇ ਵੀ ਗੱਲ ਤੋਂ ਗਿਲਾ ਸਿਕਵਾ ਹੋ ਜਾਂਦਾ। ਪਰ ਪਹਿਲਾਂ ਹੈ, ਅਸੀਂ 35 ਸਾਲ ਦੇ ਅਕਾਲੀ ਦਲ ਦਾ ਹੀ, ਜੋ ਦਾ ਆਪਣਾ ਪ੍ਰਧਾਨ ਮੰਤਰੀ ਸੀ ਕੀਤੂ ਜੀ, ਕੋਈ ਗਿਲਾ ਸਿਕਵਾ ਸੀਗਾ? ਅਸੀਂ ਇਹ ਚ ਬਾਕੀ ਇੱਕ ਮਹੀਨਾ ਦੂਰ ਹੋ ਗਏ। ਹਾਂ, ਦੂਰ ਹੋ ਗਏ, 1 ਮਹੀਨਾ ਗਏ ਸੀਗੇ, ਘਰ ਵਾਪਸੀ ਹੋ ਗਈ, ਘਰ ਵਾਪਸੀ ਹੋ ਗਈ। ਪਰ ਜਿਹੜੀ ਅਕਾਲੀ ਦਲ ਸਰਕਾਰ ਆ, ਇਹਦਾ ਅਸੀਂ ਇੱਕ ਚੀਜ਼ ਦਾ ਦੇਣ ਨਹੀਂ ਦੇ ਸਕਦੇ, ਵੱਡੇ ਬਾਦਲ ਦਾ। ਵੱਡੇ ਬਾਦਲ ਨੇ ਗਰੀਬਾਂ ਦੇ ਵਾਸਤੇ ਵੀ ਜੋ ਵੀ ਕੀਤਾ, ਐਵੇਂ
ਬੀਏ ਬੀਐਡ ਜੋ ਵੀ ਕਰਾਈ ਆ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਤੀ, ਨਹੀਂ ਕੋਈ ਵੀ ਸਰਕਾਰ ਕਰਾ ਨਹੀਂ ਸਕਦੀ। ਸਾਡੇ ਨਹੀਂ ਸਾਰੇ ਅਨਪੜ੍ਹ ਰਹਿੰਦੇ, ਜਿਵੇਂ ਅਸੀਂ ਅਨਪੜ੍ਹ ਹਾਂ ਕਿ ਸਾਡੇ ਬੱਚੇ ਵੀ ਅਨਪੜ੍ਹ ਰਹਿੰਦੇ। ਠੀਕ ਆ ਵੀ ਆਉਣ ਵਾਲੀ ਜਿਹੜੀ ਸਰਕਾਰ ਸੀ ਪਹਿਲਾਂ 5 ਸਾਲ ਜਿਹੜੇ ਕੈਪਟਨ ਦੇਤੇ, ਜੋ ਨਾ ਦਿੰਦੇ 5 ਸਾਲ, ਹੋ ਸਕਦਾ ਸਾਡੇ ਬੱਚਿਆਂ ਨੂੰ ਨੌਕਰੀਆਂ ਫਿਰ ਵੀ ਹੋਰ ਮਿਲ ਜਾਣ। ਹੁਣ ਕੱਲ੍ਹ ਜੁਆਇਨ ਕੀਤੀ ਆ, ਕੀ ਕਹਿਣਾ ਚਾਹੋਗੇ? ਲਾਸਟ ਸਵਾਲ, ਕੀ ਕਹਿਣਾ ਚਾਹੋਗੇ ਆਪਣੇ ਵੋਟਰ ਤੇ ਸਪੋਰਟਰਾਂ ਨੂੰ? ਜਿਹੜਾ ਪੱਕੀ ਸੇ ਕੀਤੂ ਆ, ਸਭ ਤੋਂ ਪਹਿਲਾਂ ਸਾਡੀ ਏਸੀ ਦੇ ਹੋਆ, ਹੁਣ ਇਹਦੇ ਬੇਟੇ ਨੂੰ ਪਹਿਲਾਂ ਟਿਕਟ ਨਹੀਂ ਮਿਲੀ ਸੀ, ਹੁਣ ਅਸੀਂ ਡਟ ਕੇ ਸਪੋਰਟ ਕਰਨੀ ਆ। ਅਸੀਂ ਇਹਦਾ ਮਨੋ ਮਨੋ ਪੂਰਾ ਹੋ ਕਰਦੇ।